ਮੈਂ ਛੱਡ ਦਿਓ, ਮੈਨੂੰ ਛੱਡ ਦਿਓ, ਛੱਡਿਆ ਨਹੀਂ, ਉਹ ਮੁੱਕੇ ਮਾਰਿਆ ਸੀਗਾ ਅਰਸ਼ੀ, ਅਤੇ ਇੱਕ ਮੁੰਡਾ ਨਾਲ ਵਿਨੇ ਸੀਗਾ, ਉਹਨੇ ਗਾਲਾਂ ਗੁੱਲਾਂ ਕੱਢੀਆਂ ਹੈਗੀਆਂ। ਇੱਕ ਨੀਲਮ ਭੰਡਾਰੀ ਨੇ ਕੋਈ ਵੀਡੀਓ ਕਰੀ ਹੈ ਸਾਂਝੀ ਜੀ, ਸੋ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਕਿਹਦੀ ਸ਼ਹਿਰ ਤੇ ਹੋ ਰਿਹਾ ਕੰਮ? ਇਹ ਸਰ ਅਚਿਤਪਾਲ ਸਿੰਘ ਕੋਲੇ ਸ਼ਹਿਰ ਤੇ ਹੋ ਰਿਹਾ, ਐਮਐਲਏ ਦੀ ਸ਼ਹਿਰ ਤੇ ਹੋ ਰਿਹਾ। ਇਹਦਾ ਜਿਹੜਾ ਪੀਏ ਹੈਗਾ ਰਾਹੁਲ, ਇਹ ਫੋਨ ਇਹਨਾਂ ਨੂੰ ਕਰ ਦਿੰਦਾ ਹੈਗਾ, ਇਹ ਨਾਲ ਇਕੱਠੇ ਮਿਲੇ ਹੋਏ ਹੈਗੇ। ਇੱਕ ਨੀਲਮ ਭੰਡਾਰੀ ਨੇ ਕੋਈ ਵੀਡੀਓ ਕਰੀ ਹੈ ਸਾਂਝੀ ਜੀ, ਸੋ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਭਾਜੀ ਕਿਵੇਂ ਹੋਇਆ ਤੁਹਾਡੇ ਨਾਲ ਜੀ ਇਹ ਵਾਕਿਆ? ਭਾਜੀ ਸੁੱਤਾ ਪਿਆ ਸੀਗਾ ਜੀ ਰਾਤ ਦਾ, ਰਾਤੀ ਆ ਗਏ ਚਾਰ ਪੰਜ ਬੰਦੇ ਘਰ ਵੜ ਗਏ, ਸਿੱਧਾ ਦਰਵਾਜ਼ੇ ਨੂੰ ਲੱਤ ਮਾਰੀ, ਕਿ ਮੈਂ ਘਬਰਾ ਗਿਆ, ਮੈਂ ਖੜਾ ਹੋ ਗਿਆ, ਮੇਰੇ ਵਾਲਾਂ ਨੂੰ ਫੜ ਲਿਆ ਇਹਨਾਂ ਨੇ, ਚੱਕ ਫੜਿਆ ਸੀਗਾ, ਇੱਕ ਉਹਦੇ ਕੋਲ ਚੱਕੂ ਸੀਗਾ ਮੰਨੀ ਕੋਲ, ਉਹਨੇ ਮੇਰੇ ਵਾਲ ਫੜ ਲਏ, ਉਹਨੂੰ ਛੱਡਣਾ। ਅੱਧੀ ਰਾਤ ਨੂੰ ਇੱਕ ਘਰ ਦੇ ਅੰਦਰ ਦਾਖਲ ਹੋ ਕੇ ਕੁਝ ਮਾੜੇ ਅਨਸਰਾਂ ਨੇ ਐਸੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਪੁੱਤ ਨੂੰ ਲਹੂ ਲਹਾਣ ਦੇਖ ਕੇ ਪਰਿਵਾਰ ਦੇ ਰੌਂਗਟੇ ਖੜੇ ਹੋ ਗਏ, ਸਭ ਨੂੰ ਭੱਜ ਨੱਠ ਪੈ ਗਈ, ਜਿਵੇਂ ਕਿ ਬਦਮਾਸ਼ਾਂ ਨੇ ਹਮਲਾ ਕੀਤਾ ਹੋਵੇ। ਇਸ ਵਾਰਦਾਤ ਦੀਆਂ ਸਾਰੀਆਂ ਤਸਵੀਰਾਂ ਨੂੰ ਸਿੱਧੇ ਤੌਰ ਤੇ ਵੀ ਅਸੀਂ ਨਹੀਂ ਦਿਖਾ ਸਕਦੇ ਕਿਉਂਕਿ ਤਸਵੀਰਾਂ ਤੁਹਾਨੂੰ ਵਿਚਲਿਤ ਕਰ ਸਕਦੀਆਂ ਨੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰ ਇਹ ਸਾਰਾ ਮਾਮਲਾ ਕੀ ਹੈ। ਦਰਅਸਲ ਪਟਿਆਲਾ ਵਿਖੇ ਇੱਕ ਘਰ 'ਚ ਦਾਖਲ ਹੋ ਕੇ ਇੱਕ ਨੌਜਵਾਨ ਹਰਸਿਮਰਨ ਸਿੰਘ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਉਸਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਅਤੇ ਜਦੋਂ ਪੀੜਤ ਨੌਜਵਾਨ ਦਾ ਸਵੇਰੇ ਬਿਆਨ ਲਿਆ ਗਿਆ ਤਾਂ ਹੋਸ਼ ਉਡਾਉਂਦੀ ਗੱਲ ਸਾਹਮਣੇ ਆਈ, ਜਿਸ ਦੇ ਵਿੱਚ ਪੀੜਤ ਨੌਜਵਾਨ ਨੇ MLA ਅਜੀਤਪਾਲ ਕੋਹਲੀ ਅਤੇ ਉਹਨਾਂ ਦੇ PA ਅਰਸ਼ਦੀਪ ਸਿੰਘ ਨੂੰ ਇਸ ਸਾਰੀ ਵਾਰਦਾਤ ਦਾ ਜ਼ਿੰਮੇਵਾਰ ਦੱਸਿਆ। ਭਾਜੀ ਕਿਵੇਂ ਹੋਇਆ ਤੁਹਾਡੇ ਨਾਲ ਜੀ ਇਹ ਵਾਕਿਆ? ਭਾਜੀ ਸੁੱਤਾ ਪਿਆ ਸੀਗਾ ਜੀ ਰਾਤ ਦਾ, ਰਾਤੀ ਆ ਗਏ ਚਾਰ ਪੰਜ ਬੰਦੇ ਘਰ ਵੜ ਗਏ, ਸਿੱਧਾ ਦਰਵਾਜ਼ੇ ਨੂੰ ਲੱਤ ਮਾਰੀ, ਕਿ ਮੈਂ ਘਬਰਾ ਗਿਆ, ਮੈਂ ਖੜਾ ਹੋ ਗਿਆ, ਮੇਰੇ ਵਾਲਾਂ ਨੂੰ ਫੜ ਲਿਆ ਇਹਨਾਂ ਨੇ, ਵਾਲਾਂ ਨੂੰ ਫੜਨ ਤੋਂ ਬਾਅਦ ਇੱਕ ਨਾ ਚੱਕੂ ਘੜ, ਚੱਕੂ ਘੜ ਅਰਸ਼ੀ ਸੀਗਾ, ਇੱਕ ਉਹ ਹੈਗਾ ਸਾਗਰ, ਉਹਨੇ ਚੱਕੂ ਫੜਿਆ ਸੀਗਾ, ਇੱਕ ਉਹਦੇ ਕੋਲ ਚੱਕੂ ਸੀਗਾ ਮੰਨੀ ਕੋਲ, ਉਹਨੇ ਮੇਰੇ ਵਾਲ ਫੜ ਲਏ, ਉਹਨੂੰ ਛੱਡਣਾ, ਮੈਂ ਛੁਡਾਉਣ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਉਹਨੇ ਚੱਕੂ ਲਿਆ, ਚੱਕੂ ਮਾਰਿਆ ਮੇਰੇ ਹੱਥ 'ਤੇ ਲੱਗਿਆ ਹੈਗਾ ਚੱਕੂ, ਮੈਂ ਛੱਡ ਦਿਓ, ਮੈਨੂੰ ਛੱਡ ਦਿਓ, ਛੱਡਿਆ ਨਹੀਂ, ਉਹ ਮੁੱਕੇ ਮਾਰਿਆ ਸੀਗਾ ਅਰਸ਼ੀ, ਅਤੇ ਇੱਕ ਮੁੰਡਾ ਨਾਲ ਵਿਨੇ ਸੀਗਾ, ਉਹਨੇ ਗਾਲਾਂ ਗੁੱਲਾਂ ਕੱਢੀਆਂ ਹੈਗੀਆਂ, ਮੁੱਕੇ ਮਾਰ ਕੇ ਬਾਹਰ ਨੂੰ ਨਿਕਲ ਗਿਆ। ਦੇਖੋ ਕਿਹਦੀ ਸ਼ਹਿਰ 'ਤੇ ਹੋ ਰਿਹਾ ਕੰਮ? ਇਹ ਸਰ ਅਚਿਤਪਾਲ ਸਿੰਘ ਕੋਹਲੀ ਦੀ ਸ਼ਹਿਰ 'ਚ ਹੋ ਰਿਹਾ, MLA ਦੀ ਸ਼ਹਿਰ 'ਚ ਹੋ ਰਿਹਾ। ਇਹਦਾ ਜਿਹੜਾ PA ਹੈਗਾ ਰਾਹੁਲ, ਇਹ ਫੋਨ ਇਹਨਾਂ ਨੂੰ ਕਰ ਦਿੰਦਾ ਹੈਗਾ, ਇਹ ਨਾਲ ਇਕੱਠੇ ਮਿਲੇ ਹੋਏ ਹੈਗੇ। ਇਹ ਦੇਖੋ ਜੀ ਦਿਨ ਦਿਹਾੜੇ ਇਹ ਰਾਤ ਦੇ ਟਾਈਮ 'ਚ ਪਵਾ ਕੇ ਇਹ ਕੀ ਕੁਛ ਕਰ ਰਹੇ ਨੇ, ਇਹਨਾਂ ਨੂੰ ਸ਼ਹਿਰ ਹੈਗੀ ਤਾਂ ਹੀ ਹੈ ਨਾ। ਤੁਹਾਡੀ ਕੋਈ ਖੁੰਦਕ ਬਾਜੀ ਹੈ? ਮੇਰੀ ਕੋਈ ਖੁੰਦਕ ਬਾਜੀ ਨਹੀਂ ਜੀ। ਅਜੀਤਪਾਲ ਕੋਹਲੀ ਦਾ PA? ਹਾਂਜੀ ਪਾਲ ਕੋਹਲੀ ਦਾ PA। ਤੁਸੀਂ ਫਾਦਰ ਸਾਹਿਬ ਹੋ ਜੀ? ਮੇਰਾ ਨਾਮ ਪਰਮਜੀਤ ਸਿੰਘ ਆ ਜੀ, ਹਰਸਿਮਰ ਸਿੰਘ ਮੇਰਾ ਬੇਟਾ ਜੀ। ਅੱਛਾ ਜੀ। ਕੋਈ ਸਾਡੀ ਲਗਾਤਾਰ ਨਹੀਂ, ਕੋਈ ਅਸੀਂ ਚੱਕਰੇ ਨਹੀਂ, ਕੰਮ ਤੋਂ ਸਿੱਧਾ ਘਰ ਆਉਂਦਾ ਸੀਗਾ। ਅੱਛਾ ਜੀ। ਰਾਤ ਨੂੰ ਸਾਡੇ ਘਰ 'ਚ ਹਮਲਾ ਕਰਤਾ ਅਤੇ ਦਰਜੇ ਤੌਰ 'ਤੇ ਅੰਦਰ ਵੜ ਗਏ, ਇੱਥੇ ਬਾਰਾ ਫੜਿਆ ਸੀ, ਨਾਲ ਦੇ ਕਮਰੇ ਪਏ, ਸਾਨੂੰ ਕੱਖ ਨਹੀਂ ਪਤਾ ਸੀ, ਇੱਕ ਨਹੀਂ ਸੁਣੀ, ਤਿੰਨਾਂ ਚਾਰਾਂ ਦੇ ਹੱਥੇ ਚਾਕੂ ਫੜਿਆ ਸੀ। ਟਾਈਮ ਕਿੰਨੇ ਕੁ ਵਜੇ ਦਾ ਸੀ? ਸਾਢੇ ਬਾਰਾਂ ਦਾ ਟਾਈਮ। ਅਤੇ ਕਿਹਦੀ ਸ਼ਹਿਰ 'ਤੇ ਹੋ ਰਿਹਾ? ਸਾਰਾ ਜੀ ਅਜੀਤਪਾਲ ਸਿੰਘ ਕੋਹਲੀ, ਉਹਦਾ ਜਿਹੜਾ ਰਾਹੁਲ ਹੈ PA MLA ਪਟਿਆਲਾ, MLA PA ਜੀ ਰਾਹੁਲ, ਸਭ ਕੁਛ ਉਹੀ ਕਰਾ ਰਿਹਾ ਜੀ, ਉਹਦੀ ਸ਼ਹਿਰ 'ਤੇ ਹੋ ਰਿਹਾ। ਠੀਕ ਹੈ ਜੀ। ਪੁਲਿਸ ਕਾਰਵਾਈ ਕਰ ਰਹੀ ਨਹੀਂ ਕਰ ਰਹੀ ਜੀ? ਕੋਈ ਨਾ ਮਾਤਰੀ ਹੈ ਜੀ ਬਸ।
ਠੀਕ ਹੈ ਜੀ। ਰਾਹੁਲ ਹੈ ਜਿਹੜਾ ਪੀਏ ਉਹਦਾ? ਹਾਂ ਠੀਕ, ਸਭ ਮੰਮੇ ਉਹੀ ਕਰਾ ਮੇਰੇ ਉਹੀ ਹੈ। ਭੰਡਾਰੀ ਵਾਰਡ ਨੰਬਰ 43 ਤੋਂ ਬੋਲਦੀ ਹਾਂ। ਰਾਤ ਕੋਈ 12:15 ਵਜੇ ਸਾਡੇ ਘਰ 4 ਬੰਦੇ ਅੰਦਰ ਆਏ, ਜਦਕਿ ਸਾਡੀ ਜੁਆਇੰਟ ਫੈਮਿਲੀ ਹੈ, ਮੇਰੇ ਭਤੀਜੇ ਚਿੰਟੂ ਹਰਸਿਮਰਨਜੀਤ ਨੂੰ ਚਾਕੂਆਂ ਨਾਲ ਮਾਰਿਆ ਅਤੇ ਉਹਨੇ ਬਾਲਾਂ ਤੋਂ ਖਿੱਚ ਖਿੱਚ ਕੇ ਉਸ ਨੂੰ ਬਹੁਤ ਮਾਰਿਆ। ਜੇ ਮੈਂ ਅਤੇ ਮੇਰਾ ਲੜਕਾ ਉੱਪਰ ਨਾ ਜਾਂਦੇ ਤਾਂ ਸ਼ਾਇਦ ਉਹ ਜਾਨ ਤੋਂ ਮਾਰ ਦਿੰਦੇ। ਇੱਕ ਮੰਨੀ ਸੀਗਾ ਜੀ, ਜਿਹਦਾ ਨਾਮ ਗਗਨਪ੍ਰੀਤ ਹੈ, ਅਤੇ ਦੂਜਾ ਮਨਜੋਤ ਸਿੰਘ, ਇੱਕ ਸਾਗਰ ਸੀਗਾ, ਚੌਥੇ ਦਾ ਨਾਮ ਨਹੀਂ ਮੈਂ ਜਾਣਦੀ। ਇਹਨਾਂ ਦੀ ਲੜਾਈ ਹੋਈ ਸੀਗੀ, ਜਿਹਦੀ ਇਨਕੁਆਇਰੀ ਟ੍ਰੈਫਿਕ ਇੰਚਾਰਜ SP ਜਸਵੀਰ ਸਿੰਘ ਦੇ ਕੋਲ ਲੱਗੀ ਹੋਈ ਹੈ। ਉਹਨਾਂ ਨੇ ਕਿਹਾ ਸੀ ਜਦ ਤੱਕ ਇਨਕੁਆਇਰੀ ਲੱਗ ਰਹੀ ਹੈ ਉਦੋਂ ਤੱਕ ਅਸੀਂ ਇਸ ਮੁੰਡੇ ਨੂੰ ਕੁਛ ਨਹੀਂ ਕਹਾਂਗੇ। ਉਹਦੇ ਨਾਲ ਚੌਂਕ 'ਚ ਬੈਠੇ ਸੀ ਜੀ, ਇਹਦੇ ਦੋਸਤ ਦੀ ਲੜਾਈ ਹੋਈ ਹੈ, ਦੋਸਤ ਦੀ ਉਹਨਾਂ ਨੇ ਪੱਗ ਗੇਰ ਦਿੱਤੀ, ਉਹਦੇ ਵਾਲ ਖੰਡਾ ਦਿੱਤੇ। ਉਹੀ ਦੋਸਤ ਜਿਹਦਾ ਦੁਸ਼ਮਣ ਬਣਿਆ ਹੋਇਆ ਅਤੇ ਉਸੀ ਦੀ ਕੁੱਟਮਾਰ ਕਰ ਰਹੇ ਸੀਗੇ, ਅਤੇ ਸਾਡਾ ਮੇਰਾ ਭਤੀਜਾ ਨਾਲ ਸੀਗਾ ਅਤੇ ਕਹਿੰਦਾ ਵੀ ਤੂੰ ਵੀ ਮੈਨੂੰ ਹਟਾ ਨਹੀਂ ਰਿਹਾ ਹੈਗਾ, ਤਾਂ ਉਸਨੇ ਮੁੰਡੇ ਨੂੰ ਫੜ ਕੇ ਦੋ ਇਹਦੇ ਮਾਰੇ ਲੜਾਈ ਹਟਾ ਦਿੱਤੀ। ਅਤੇ ਥੋੜ੍ਹੇ ਦਿਨਾਂ ਬਾਅਦ ਇਹਨਾਂ ਨੇ ਕਿਲ੍ਹਾ ਚੌਂਕ ਦੇ ਵਿੱਚ ਮੁੰਡੇ ਨੂੰ ਘੇਰ ਕੇ ਅਤੇ ਇਹਦੇ ਉੱਤੇ ਝੂਠਾ ਪਰਚਾ 379-20 ਦਾ ਪਾਇਆ ਅਤੇ ਇੱਕ ਹੋਰ 323 ਪਾਇਆ। ਹਾਂਜੀ, ਅਸੀਂ 100 ਨੰਬਰ 'ਤੇ ਫੋਨ ਕਰਿਆ ਸੀਗਾ, ਉਹਨਾਂ ਨੇ ਕੁਲਦੀਪ ਸਿੰਘ ASI ਨੂੰ ਭੇਜਿਆ ਸੀਗਾ ਕੋਤਵਾਲੀ ਤੋਂ। ਉਹ ਆਏ ਨੇ, ਉੱਪਰ ਵੀਡੀਓ ਬਣਾ ਕੇ ਗਏ ਨੇ ਕੋਠੇ 'ਤੇ ਜਿੱਥੇ ਸਾਰਾ ਬਲੱਡ ਖਿੰਡਿਆ ਹੋਇਆ ਸੀਗਾ, ਅਤੇ ਨਾਲ ਹਰਦੀਪ ਸਿੰਘ ਸੀਗਾ ਜਿਹਨੇ ਸਾਰੀ ਵੀਡੀਓ ਤਿਆਰ ਕੀਤੀ ਹੈ, ASI ਹਰਦੀਪ ਸਿੰਘ, ਨਾਲੇ ਕੁਲਦੀਪ ਸਿੰਘ ASI। ਸਹਿ ਆਮ ਪਾਰਟੀ 'ਚ, ਆਮ ਪਾਰਟੀ ਦੀ ਸਹਿ ਹੈ, ਅਜੀਤਪਾਲ ਕੋਹਲੀ ਦੀ ਸਹਿ ਹੈ, ਅਤੇ ਇਸਦਾ ਜਿਹੜਾ PA ਹੈ ਰਾਹੁਲ, ਉਹ ਮਿੰਟ ਬਾਅਦ ਫੋਨ ਕਰਕੇ ਆਪਣੇ ਨੰਬਰਬਾਜ਼ੀ ਕਰਦਾ ਅਤੇ ਬੱਚੇ ਨੂੰ ਚੱਕਣ ਵਾਸਤੇ ਮਜਬੂਰ ਕਰਦੇ ਨੇ। ਜਾਂ ਸਾਡੀ ਇਨਕੁਆਇਰੀ ਲੱਗੀ ਹੋਈ ਹੈ ਜੀ, ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਗਰੀਬ ਬੰਦੇ ਨੇ ਆ ਕੇ ਇੰਨਾ ਹੌਸਲਾ ਖੁੱਲ੍ਹਿਆ ਹੋਇਆ, 12:45 ਆ ਕੇ 4 ਬੰਦਿਆਂ ਨੇ ਆ ਕੇ ਅਟੈਕ ਕੀਤਾ, ਖੂਨੋਂ ਖੂਨ ਸਾਡਾ ਘਰ ਹੋਇਆ ਪਿਆ ਜੀ ਉੱਪਰ। ਜੇ ਮੈਂ ਅਤੇ ਮੇਰਾ ਮੁੰਡਾ ਪਿੰਚੂ ਨਾ ਹੁੰਦੇ ਤਾਂ ਇਹ ਤਾਂ ਮਾਰ ਹੀ ਜਾਂਦੇ ਸੀ। ਪੁਲਿਸ ਤੋਂ ਵੀ ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ, ਅਤੇ SSP ਸਾਹਿਬ ਪਟਿਆਲਾ ਅਤੇ SP ਜਸਵੀਰ ਸਿੰਘ ਜੀ ਨੂੰ ਕਹਿੰਦੀ ਹੱਥ ਜੋੜ ਕੇ ਵੀ ਸਾਨੂੰ ਇਨਸਾਫ ਦੀ ਦਿੱਤਾ ਜਾਵੇ। ਬਿਲਕੁਲ ਖਤਮ ਹੋ ਗਏ ਜੀ, ਜਦ ਇੰਨੀ ਗੁੰਡਾਗਰਦੀ ਹੋ ਰਹੀ ਹੈ, ਹਾਂਜੀ, ਸ਼ਰੇਆਮ ਰਾਤ ਨੂੰ 12:45 ਵੜੇ ਹੈ। ਪਹਿਲਾਂ ਤਾਂ ਪੁਲਿਸ ਵਾਲਿਆਂ ਨੂੰ ਪੁੱਛਣਾ ਚਾਹੀਦਾ ਵੀ ਰਾਤ ਨੂੰ ਇਹਨਾਂ ਦੇ ਸਾਡੇ ਘਰ ਕਰਨ ਕੀ ਆਏ ਸੀ ਜੀ। ਹਾਲੇ ਤੱਕ ਤਾਂ ਕੁਛ ਨਹੀਂ ਜੀ, ਹਾਲੇ ਤਾਂ ਸਾਡਾ ਮੁੰਡਾ ਉਰੇ ਹੋਸਪਿਟਲ ਦਾਖਲ ਹੈ, ਟਾਂਕੇ ਲੱਗੇ ਹੋਏ ਆ, ਹਾਲੇ ਕੋਈ ਬਿਆਨਬਾਜ਼ੀ ਨਹੀਂ ਹੋਈ ਹੈਗੀ। ਘੰਟੇ ਕੋਈ 12:00 ਹੋਣੇ ਦੁਪਹਿਰ ਦੇ, ਰਾਤ 12:45 ਦੀ ਲੜਾਈ ਹੋਈ ਹੋਈ ਹੈ। ਨਹੀਂ, ਉਹਨਾਂ ਦਾ ਤਾਂ ਨਹੀਂ ਹੈਗਾ, ਇਹ 4 ਬੰਦੇ ਜੇ ਬੜੇ ਨੇ ਤਾਂ ਗੁੰਡਾਗਰਦੀ ਵੀ ਹੈ ਜੀ। ਇਸ ਨੂੰ ਗੁੰਡਾਗਰਦੀ ਵੀ ਕਹਿੰਦੇ ਵੀ ਜਿਹੜੇ ਆ ਕੇ ਅੰਦਰ ਚਾਕੂ ਮਾਰ ਗਏ ਤਾਂ ਫਿਰ ਇਹਨੂੰ ਗੁੰਡਾਗਰਦੀ ਵੀ ਕਹਿੰਦੇ। ਸਾਡੀ ਹਾਲੇ ਕਿਸੇ ਨਾਲ ਨਹੀਂ ਹੋਈ, 100 ਨੰਬਰ 'ਤੇ ਹੀ ਹੋਈ ਸੀਗੀ। ਅਸੀਂ ਉਹਨਾਂ ਨੂੰ ਦੱਸਿਆ ਸੀਗਾ ਵੀ ਕੁਲਦੀਪ ਸਿੰਘ ਆਏ ਸੀ, ਅਤੇ ਉਹ ਆ ਕੇ ਫੋਟੋ ਖਿੱਚ ਕੇ ਲੈ ਗਿਆ ਸਾਰਾ। ਅਸੀਂ ਇਨਸਾਫ ਮੰਗ ਰਹੇ, ਪੁਲਿਸ ਤੋਂ ਇਨਸਾਫ ਮੰਗਦੇ। ਉੱਥੇ ਹੀ ਜਦੋਂ ਇਸ ਸੰਬੰਧੀ ਪੱਤਰਕਾਰ ਨੇ MLA ਅਜੀਤਪਾਲ ਕੋਹਲੀ ਨੂੰ ਉਹਨਾਂ ਤੇ ਲੱਗੇ ਇਲਜ਼ਾਮਾਂ ਦੇ ਬਾਰੇ ਪੁੱਛਿਆ ਤਾਂ ਸੁਣੋ ਫਿਰ MLA ਸਾਹਿਬ ਨੇ ਕੀ ਜਵਾਬ ਦਿੱਤਾ। ਇੱਕ ਨੀਲਮ ਭੰਡਾਰੀ ਨੇ ਕੋਈ ਵੀਡੀਓ ਕਰੀ ਹੈ ਸਾਂਝੀ ਜੀ, ਸੋ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਕੀ ਜਿਹੜਾ ਹੈਗਾ ਤੁਹਾਡਾ ਨਾਂ ਲਿੱਤਾ, ਕਹਿੰਦੇ ਮੇਰੇ ਨਾਲ ਇਲੈਕਸ਼ਨ ਲੜੀ ਹੈ ਤੇ ਹੁਣ ਉਹ ਸੱਤਾ 'ਚ ਨੇ ਤੇ ਹੁਣ ਪਾਵਰ 'ਚ ਨੇ ਤੇ ਉਹਨਾਂ ਨੇ ਮੇਰੇ ਘਰੇ ਹਮਲਾ ਕਰਾਇਆ, ਸਿੱਧਾ ਡਾਇਰੈਕਟ ਅਜੀਤਪਾਲ ਕੋਹਲੀ ਦਾ ਨਾਮ ਲੈ ਰਹੇ ਨੇ MLA ਦਾ। ਮੇਰੀ ਗੱਲ ਸੁਣੋ ਜੀ, ਇਹ ਕੋਈ ਗੱਲ ਕਰਨ ਵਾਲੀ ਵੀ ਹੈ ਯਾਰ? ਜੀ ਦੇਖੋ, ਨਹੀਂ ਦੇਖੋ, ਉਹਨਾਂ ਨੇ ਬਾਈਟ ਦੇ ਵਿੱਚ ਬੋਲਿਆ, ਜਿਹੜੇ ਬਾਈਟ ਦੀ ਗੱਲ ਸੁਣੋ, ਉਹਨੂੰ ਮੁਬਾਰਕ ਭਾਈ।
ਉਹਨੂੰ ਜੇ ਉਹਦੀ ਉਹ ਬਣਦੀ ਹੈ ਮੈਨੂੰ ਮੇਰਾ ਨਾਮ ਲੈ ਕੇ ਜੇ ਉਹਦਾ ਕੋਈ ਭਲਾ ਹੁੰਦਾ ਤਾਂ ਉਹ ਭਲਾ ਕਰਾ ਲੈ, ਮੈਨੂੰ ਤਾਂ ਪਤਾ ਵੀ ਨੀ, ਮੈਂ ਨਾ ਮੈਂ ਨੀਲਮ ਭੰਡਾਰੀ ਨੂੰ ਮਿਲਿਆ 15 ਸਾਲਾਂ ਚ, ਨਾਲੇ ਉਹ ਮੇਰੇ ਵਾਸਤੇ ਇੰਪੋਰਟੈਂਟ ਹੈ, ਬਿਲਕੁਲ ਮੈਂ ਤਾਂ ਅੱਜ ਨਾਮ ਹੀ ਮੈਂ 15 ਸਾਲਾਂ ਬਾਅਦ ਇੱਥੋਂ ਸੁਣ ਰਿਹਾ ਤੁਹਾਡੇ ਤੋਂ ਨੀਲਮ ਭੰਡਾਰੀ। ਜੀ 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 ਨਹੀਂ ਚਲੋ ਇੱਕ ਬਾਈਟ ਆਈ ਸੀ, ਮੈਂ ਕਿਹਾ ਚਲੋ ਕ੍ਰੋਸ ਚੈੱਕ ਕਰ ਲਈਏ ਤੁਹਾਡੇ ਤੋਂ ਕੀ। ਮੈਂ ਤਾਂ ਸਰ ਗੱਲ ਸੁਣੋ ਜੀ, ਨਾ ਮੇਰਾ ਕੋਈ ਲੈਣਾ ਨਾ ਮੇਰਾ ਕੋਈ ਦੇਣਾ, ਠੀਕ ਹੈ ਸਰ, ਠੀਕ ਹੈ ਜੀ, ਰਾਈਟ ਤੁਹਾਡੇ ਮੂੰਹੋਂ ਨੀਲਮ ਭੰਡਾਰੀ ਦਾ ਨਾਮ ਸੁਣ ਰਿਹਾ, ਰਾਈਟ ਜੀ, ਪਰਮਾਤਮਾ ਮੇਰੀ ਮਾਂ ਨੂੰ ਲੰਬੀ ਉਮਰ ਬਖਸ਼ੇ, ਸਮਤ ਬਖਸ਼ੇ, ਸਭ ਤੋਂ ਪਹਿਲਾਂ ਤਾਂ ਸਮਤ ਬਖਸ਼ੇ, ਲੰਬੀ ਉਮਰ ਬਖਸ਼ੇ, ਤੰਦਰੁਸਤੀ ਬਖਸ਼ੇ, ਠੀਕ ਹੈ। ਅੱਛਾ ਮੇਰੀ ਗੱਲ ਸੁਣੋ, ਚਲੋ ਇਹ ਤਾਂ ਆਪਾਂ ਗੱਲ ਕਰੀਏ ਕਿ ਤੇ ਇੱਕ ਨਾ ਮੈਂ ਹੁਣ ਮਤਲਬ ਕਿ ਕੋਈ ਤੁਹਾਡੀ ਰਿਕਾਰਡਿੰਗ ਲੈ ਲਾਂ ਇਸ ਚੀਜ਼ ਨੂੰ ਲੈ ਕੇ ਕਿ ਤੁਹਾਡਾ ਕੋਈ ਸੀਗਾ ਇਹਦੇ ਚ। ਉਹ ਸਰ ਕੋਈ ਇੱਥੇ ਕੀ ਹੋਇਆ ਕੀ ਹੈ, ਜਿਹੜਾ ਮੇਰਾ ਬਿਆਨ ਵੀ ਲੈਣਾ, ਮੇਰੇ ਤਾਂ ਇਟਸ ਬੀਨੀਥ ਮਾਈ ਡਿਗਨਿਟੀ ਟੂ ਇਵਨ ਰਿਸਪੌਂਡ ਟੂ ਸੱਚ ਐਲੀਗੇਸ਼ਨ। ਕਿਸੇ ਦੇ ਕਹਿਣਾ, ਮੈਂ ਕਹਿੰਦਾ ਵੀ ਭੂਸ਼ਣ ਨੇ ਮੇਰੇ ਆ ਕੇ ਘਰੇ ਚਾਕੂ ਮਾਰਿਆ ਤਾਂ ਉਹ ਭੂਸ਼ਣ ਮਾਰ ਦੇਗਾ ਮੈਨੂੰ? ਨਹੀਂ ਨਹੀਂ ਉਹ ਤਾਂ ਠੀਕ ਹੈ ਗੱਲ, ਬੰਦਾ ਵੀ ਤਾਂ ਹੋਵੇ ਨਾ ਕਿਸੇ ਗੱਲ, ਹਾਂ ਬਿਲਕੁਲ, ਕਿਹਦੇ ਨਾਲ ਜੋੜੇ? ਨਹੀਂ ਨਹੀਂ ਉਹ ਵੀਡੀਓ ਇੱਕ ਵਾਇਰਲ ਵੀਡੀਓ ਹੋ ਰਹੀ ਹੈ ਬਾਈ, ਮੈਂ ਤਾਂ ਕੋਈ ਕੋਈ ਗੱਲ ਕਰਕੇ ਵੀਡੀਓ ਵਾਇਰਲ ਕਰ ਦੂਗਾ, ਮੇਰਾ ਨਾਂ ਲੈ ਜਾਊਗਾ, ਮੈਂ ਕੋਈ ਜਵਾਬ ਦੇਵਾਂ ਕਿਸੇ ਗੱਲ ਦਾ? ਨਹੀਂ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਐਮਐਲਏ ਅਜੀਤਪਾਲ ਕੋਹਲੀ ਦੇ ਪੀਏ ਅਰਸ਼ਦੀਪ ਸਿੰਘ ਤੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੀ ਸਫਾਈ ਦੇ ਵਿੱਚ ਕੀ ਕੁਝ ਕਿਹਾ, ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਲੜਾਈ ਝਗੜਾ ਹੋਇਆ ਸੀਗਾ ਜੱਟਾਂ ਵਾਲੇ ਚੌਂਤਰੇ, ਉਹਦੇ ਵਿੱਚ ਆਪਣਾ ਕੋਈ ਸੀ, ਤੁਹਾਡੀ ਜਾਣਕਾਰੀ ਹੈਗੀ ਉਹਦੇ ਵਿੱਚ? ਉਹ ਐਕਚੁਅਲੀ ਬਿਲਕੁਲ ਧਿਆਨ ਚ ਨਾਮ ਜਿਵੇਂ ਭਰਾ ਮੇਰੇ ਬਿਲਕੁਲ ਧਿਆਨ ਚ ਨਹੀਂ। ਅੱਛਾ ਉਹ ਨੀਲਮ ਭੰਡਾਰੀ ਸੀਗੇ ਜਿਹੜੇ ਲੇਡੀਜ਼, ਉਹ ਤੁਹਾਡਾ ਨਾਂ ਲੈ ਰਹੇ ਸੀ, ਕਹਿੰਦੇ ਉਹਨਾਂ ਦੇ ਐਮਐਲਏ ਦੇ ਪੀਏ ਨੇ ਉਹ ਕਰੇ, ਮੈਨੂੰ ਤਾਂ ਧਿਆਨ ਚ ਨਹੀਂ, ਮੈਨੂੰ ਤਾਂ ਕੇਸ ਹੀ ਨਹੀਂ ਪਤਾ ਕੀ ਵੀਰੇ। ਅੱਛਾ ਮਤਲਬ ਕਿ ਤੁਹਾਡੇ ਬਿਲਕੁਲ ਧਿਆਨ ਚ ਨਹੀਂ ਹੈਗਾ ਉਹ? ਬਿਲਕੁਲ ਧਿਆਨ ਚ ਨਹੀਂ ਵੀਰੇ, ਮੈਂ ਇੱਕ ਵਾਰ ਕੇਸ ਦਾ ਪਤਾ ਹੈ ਕਿ ਕੀ ਕੇਸ ਸੀਗਾ ਉਹ? ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ, ਆਓ ਜਰਾ ਉਹ ਵੀ ਸੁਣਦੇ ਹਾਂ। ਸਾਨੂੰ ਮੋਰਨਿੰਗ ਇਤਲਾਹ ਮਿਲੀ ਆ 8 ਵਜੇ ਕਰੀਬ, ਦੋ ਪਾਰਟੀਆਂ ਜਿਹੜੀਆਂ ਉਹ ਐਡਮਿਟ ਹੋਈਆਂ ਨੇ ਰਜਿੰਦਰਾ ਹੋਸਪਿਟਲ, ਤਾਂ ਰਜਿੰਦਰਾ ਹੋਸਪਿਟਲ ਤੋਂ ਸਾਨੂੰ ਇਤਲਾਹ ਮਿਲੀ ਹੈ, ਤਾਂ ਜੋ IO ਸੀਗੇ ਔਨ ਡਿਊਟੀ ਤਾਂ ਉਹ ਮਤਲਬ ਬਿਆਨ ਲੈਣ ਲਈ ਗਏ ਹੋਏ ਨੇ ਹੋਸਪਿਟਲ, ਤਾਂ ਜਿੱਦਾਂ ਦਾ ਵੀ ਬਿਆਨ ਹੋਏਗਾ ਉਸ ਹਿਸਾਬ ਨਾਲ ਜੋ ਬਣਦੀ ਕਾਰਵਾਈ ਹੋਊਗੀ ਉਹ ਅਮਲ ਦੇ ਵਿੱਚ ਲਿਆਂਦੀ ਜਾਏਗੀ। ਸੋ ਇਹ ਇੱਕ ਬੜਾ ਗੰਭੀਰ ਮਾਮਲਾ ਹੈ ਕਿ ਇੱਕ ਆਮ ਮਿਹਨਤਕਸ਼ ਪਰਿਵਾਰ ਤੇ ਅੱਧੀ ਰਾਤ ਨੂੰ ਇਸ ਤਰੀਕੇ ਹਮਲਾ ਹੋਇਆ ਹੈ ਤੇ ਇਹ ਪਰਿਵਾਰ ਹਾਲੇ ਤੱਕ ਵੀ ਡਰਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਐਮਐਲਏ ਅਜੀਤਪਾਲ ਕੋਹਲੀ ਅਤੇ ਉਹਨਾਂ ਦੇ ਪੀਏ ਅਰਸ਼ਦੀਪ ਸਿੰਘ ਨੇ ਤਾਂ ਆਪਣੇ ਉੱਤੇ ਲੱਗੇ ਇਲਜ਼ਾਮਾਂ ਤੋਂ ਪੱਲਾ ਝਾੜ ਲਿਆ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੀ ਜਾਂਚ ਤੋਂ ਬਾਅਦ ਨੌਜਵਾਨ ਤੇ ਹੋਏ ਹਮਲੇ 'ਚ ਕਿਹਦਾ ਹੱਥ ਸਾਹਮਣੇ ਆਉਂਦਾ ਹੈ। ਪਟਿਆਲਾ ਤੋਂ ਭਾਰਤ ਭੂਸ਼ਣ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।